ਦੋਸਤੋ ਨਮਸਕਾਰ, ਮੈਂ ਤੁਹਾਡਾ ਆਪਣਾ ਡਾਕਟਰ ਪਿਊ ਸਿੰਗਲਾ ਤੁਹਾਡੇ ਨਾਲ ਅੱਜ ਬਹੁਤ ਹੀ ਵਧੀਆ ਜਾਣਕਾਰੀ ਸਾਂਝੀ ਕਰਨ ਜਾ ਰਿਹਾ। ਦੋਸਤੋ, ਉਹ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਕਹਿਣਾ ਚਾਹਾਂਗਾ, ਜੇ ਤੁਸੀਂ ਮੇਰਾ ਯੂਟਿਊਬ ਚੈਨਲ ਡਾਕਟਰ ਪਿਊ ਸਿੰਗਲਾ ਪਹਿਲੀ ਵਾਰ ਦੇਖ ਰਹੇ ਹਾਂ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਦਬਾ ਦਿਓ, ਜਿਸ ਨਾਲ ਮੇਰੀ ਆਉਣ ਵਾਲੀ ਵੀਡੀਓਜ਼ ਤੁਹਾਨੂੰ ਤੁਰੰਤ ਮਿਲਦੇ ਰਹਿਣ, ਕਿਉਂਕਿ ਹੋ ਸਕਦਾ ਇਹ ਜਾਣਕਾਰੀ ਜੋ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਉਹ ਤੁਹਾਡੇ ਆਪਣੇ ਵਾਸਤੇ ਜਾਂ ਤੁਹਾਡੇ ਕਿਸੇ ਆਪਦੇ ਵਾਸਤੇ ਬਹੁਤ ਹੀ ਇੰਪੋਰਟੈਂਟ ਹੋਵੇ, ਬਹੁਤ ਹੀ ਲਾਭਦਾਇਕ ਸਿੱਧ ਹੋ ਸਕੇ। ਦੋਸਤੋ, ਤਾਂ ਹੁਣ ਸ਼ੁਰੂਆਤ ਕਰਦੇ ਹਾਂ ਉਸ ਜਾਣਕਾਰੀ ਬਾਰੇ। ਦੋਸਤੋ, ਮੈਂ ਕੁਛ ਕੁ ਦਿਨਾਂ ਤੋਂ ਲਗਾਤਾਰ ਦੇਖ ਰਿਹਾ ਕਿ ਬਹੁਤ ਲੋਕਾਂ ਦੇ ਵਿੱਚ ਇੱਕ ਬਹੁਤ ਹੀ ਸਮੱਸਿਆ ਬਣੀ ਪਈ ਹੈ ਇੱਕ ਬਿਮਾਰੀ ਬਾਰੇ, ਜੋ ਕਿ ਆਮ ਲੋਕਾਂ ਦੇ ਵਿੱਚ ਬਹੁਤ ਹੀ ਦੇਖਣ ਨੂੰ ਮਿਲ ਰਿਹਾ। ਉਸ ਬਿਮਾਰੀ ਦਾ ਨਾਮ ਯੂਰਿਕ ਐਸਿਡ। ਯੂਰਿਕ ਐਸਿਡ ਇੱਕ ਇੱਦਾਂ ਦੀ ਬਿਮਾਰੀ ਬਣ ਚੁੱਕੀ ਹੈ ਜੋ ਕਿ ਬਹੁਤ ਸਾਰੇ ਲੋਕਾਂ ਦੇ ਵਿੱਚ ਆਪਾਂ ਦੇਖਾਂਗੇ, ਹੋ ਸਕਦਾ 10 ਦੇ ਵਿੱਚੋਂ ਇਹ 6-7 ਬੰਦਿਆਂ ਨੂੰ ਦੇਖਣ ਦੇ ਵਿੱਚ ਮਿਲ ਜਾਵੇ, ਕਿਉਂਕਿ ਇਹ ਬਿਮਾਰੀ ਅੱਜ ਕੱਲ੍ਹ ਦੇ ਖਾਣ ਪੀਣ ਦੇ ਨਾਲ ਨਾਲ ਅੱਜ ਕੱਲ੍ਹ ਦੀ ਖੁਰਾਕ ਦੇ ਨਾਲ ਨਾਲ ਇੰਨੀ ਬਿਮਾਰੀ ਵੱਧ ਚੁੱਕੀ ਹੈ, ਕਿਉਂਕਿ ਆਪਣੇ ਅੰਦਰ ਪੈਸਟੀਸਾਈਡਸ ਜਾਣ ਦੇ ਕਾਰਨ ਯੂਰਿਕ ਐਸਿਡ ਦੀ ਬਿਮਾਰੀ ਬਹੁਤ ਜ਼ਿਆਦਾ ਵੱਧ ਰਹੀ ਹੈ। ਯੂਰਿਕ ਐਸਿਡ ਦੀ ਬਿਮਾਰੀ ਵੈਸੇ ਤਾਂ ਕੋਈ ਆਪਾਂ ਕਹੀਏ ਬਹੁਤ ਹੀ ਵੱਡੀ ਬਿਮਾਰੀ ਨਹੀਂ ਹੈ, ਪਰ ਜੇ ਇਸ ਨੂੰ ਸਮੇਂ 'ਤੇ ਇਲਾਜ ਨਾ ਕੀਤਾ ਜਾਵੇ ਤਾਂ ਇਹ ਬਿਮਾਰੀ ਬਹੁਤ ਹੀ ਗੰਭੀਰ ਰੂਪ ਲੈ ਲੈਂਦੀ ਹੈ, ਜਿਸ ਦਾ ਨਾਮ ਹੈ ਗਠੀਆ। ਗਠੀਏ ਦੀ ਬਿਮਾਰੀ ਦੇ ਵਿੱਚ ਤੁਹਾਨੂੰ ਬਹੁਤ ਹੀ ਦਰਦ ਸੂਜਨ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਬਿਮਾਰੀ ਤੋਂ ਪੀੜਤ ਵਿਅਕਤੀ ਨੂੰ ਬਹੁਤ ਹੀ ਦਰਦ ਦਾ ਸਾਹਮਣਾ ਕਰਨਾ ਪੈਂਦਾ, ਹੋ ਸਕਦਾ ਉਸਨੂੰ ਆਪ ਕੰਮ ਕਰਨ ਦੇ ਵਿੱਚ ਵੀ ਬਹੁਤ ਦਿੱਕਤਾਂ ਆਉਂਦੀਆਂ ਹੋਣ, ਹੋ ਸਕਦਾ ਕੋਈ ਦਿਹਾੜੀਦਾਰ ਬੰਦਾ ਹੋਵੇ ਉਸਨੂੰ ਆਪਣੀ ਦਿਹਾੜੀ ਵੀ ਛੱਡਣੀ ਪਵੇ ਜੇ, ਕਿਉਂਕਿ ਦਰਦ ਸੂਜਨ ਬਹੁਤ ਜ਼ਿਆਦਾ ਮਹਿਸੂਸ ਹੁੰਦੀ ਹੈ ਗਠੀਏ ਦੀ ਬਿਮਾਰੀ ਦੇ ਵਿੱਚ। ਯੂਰਿਕ ਐਸਿਡ ਦੀ ਬਿਮਾਰੀ ਹੋ ਜੇ, ਗਠੀਏ ਦੀ ਬਿਮਾਰੀ ਹੋ ਜੇ, ਇਸ ਦੇ ਵਿੱਚ ਦਰਦ ਬਹੁਤ ਹੀ ਜ਼ਿਆਦਾ ਮਹਿਸੂਸ ਹੁੰਦਾ, ਜੋੜਾਂ ਦੇ ਵਿੱਚ ਜਕੜਨ ਮਹਿਸੂਸ ਹੁੰਦੀ ਹੈ, ਅਤੇ ਇਸ ਜਗ੍ਹਾ ਦੇ ਵਿੱਚ ਵੀ ਆਪਾਂ ਗੱਲ ਕਰਦੇ ਹਾਂ ਤਾਂ ਬਹੁਤ ਹੀ ਵਜ਼ਨ ਮਹਿਸੂਸ ਹੁੰਦਾ, ਤਾਂ ਇਸ ਕਰਕੇ ਮੈਂ ਤੁਹਾਨੂੰ ਇਸ ਦਾ ਇਲਾਜ ਦੇਣ ਜਾ ਰਿਹਾ। ਦੋਸਤੋ, ਬਹੁਤ ਹੀ ਵਧੀਆ ਇਲਾਜ ਦੇਣ ਜਾ ਰਿਹਾ, ਜੋ ਕਿ ਬਹੁਤ ਹੀ ਸਸਤੇ ਰੂਪ ਦੇ ਵਿੱਚ ਇਲਾਜ ਹੈਗਾ, ਤੁਹਾਨੂੰ ਬਹੁਤ ਹੀ ਪੈਸਾ ਨਹੀਂ ਲਗਾਉਣਾ ਪੈਂਦਾ ਇਸ ਦੇ ਇਲਾਜ ਦੇ ਉੱਪਰ, ਅਤੇ ਬਹੁਤ ਹੀ ਬਿਹਤਰੀਨ ਇਲਾਜ ਹੈ, ਬਹੁਤ ਘੱਟ ਸਮੇਂ ਦੇ ਵਿੱਚ ਤੁਹਾਡੀ ਬਿਮਾਰੀ ਦਾ ਇਲਾਜ ਹੋ ਜਾਂਦਾ ਹੈ। ਉਸ ਬਿਮਾਰੀ ਦਾ ਇਲਾਜ ਜੋ ਹੈ ਬਾਇਓਸੈਸ ਦਾ ਰਾਈਜੋਨ ਜੂਸ, ਬਾਇਓਸੈਸ ਦਾ ਰਾਈਜੋਨ ਜੂਸ, ਜਿਸ ਦੇ ਵਿੱਚ 97% ਕੱਚੀ ਹਲਦੀ ਦਾ ਜੂਸ ਪਲੱਸ 3% ਗੂਗਲ ਦੇ ਅਰਕ ਪਾਏ ਗਏ ਨੇ। ਹਲਦੀ ਦੇ ਕੱਚੀ ਹਲਦੀ ਦੇ ਜੂਸ ਦੇ ਵਿੱਚ ਪਾਏ ਜਾਣ ਵਾਲਾ ਕਰਕਿਊਮਨ ਨਾਮ ਦਾ ਤੱਤਵ ਤੁਹਾਡੇ ਦਰਦ ਸੋਜਨ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਘਟਾ ਦਿੰਦਾ ਹੈ, ਅਤੇ ਇਸ ਬਿਮਾਰੀ ਨੂੰ ਲਗਾਤਾਰ ਖਤਮ ਕਰ ਦਿੰਦਾ ਹੈ ਲਗਾਤਾਰ ਯੂਜ਼ ਕਰਨ ਨਾਲ। ਇਹ ਬਹੁਤ ਹੀ ਸਸਤਾ ਪ੍ਰੋਡਕਟ ਹੈ ਦੋਸਤੋ, ਜੇ ਇਸ ਨੂੰ ਯੂਜ਼ ਕਰਦੇ ਹੋ ਤੁਹਾਡੀ ਬਿਮਾਰੀ ਬਿਲਕੁਲ ਹੀ ਜੜ੍ਹ ਤੋਂ ਖਤਮ ਹੋ ਜਾਂਦੀ ਹੈ। ਦੋਸਤੋ, ਜੇ ਤੁਸੀਂ ਇਸ ਦੇ ਰਿਲੇਟਡ ਹੋਰ ਵੀ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ, ਹੋਰ ਵੀ ਜ਼ਿਆਦਾ ਜਾਣਕਾਰੀ ਲੈਣੀ ਹੈ ਕੋਈ ਵੀ, ਤਾਂ ਤੁਸੀਂ ਮੇਰੇ ਨੰਬਰ 'ਤੇ ਡਾਇਰੈਕਟ ਕਾਲ ਕਰਕੇ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਮੇਰਾ ਨੰਬਰ ਫਲੈਸ਼ ਡਾਇਰੈਕਟ ਹੋ ਰਿਹਾ ਡਿਸਪਲੇ ਦੇ ਉੱਪਰ, ਤੁਸੀਂ ਮੇਰੇ ਨਾਲ ਡਾਇਰੈਕਟ ਕਾਲ ਕਰਕੇ ਗੱਲਬਾਤ ਕਰੋ। ਜੇ ਕਿਸੇ ਹੋਰ ਵੀ ਬਿਮਾਰੀ ਬਾਰੇ ਜਾਂ ਕਿਸੇ ਹੋਰ ਬਿਮਾਰੀ ਦੇ ਇਲਾਜ ਬਾਰੇ ਤੁਸੀਂ ਗੱਲ ਕਰਨਾ ਚਾਹੁੰਦੇ ਹੋ, ਮੈਨੂੰ ਡਾਇਰੈਕਟ ਕਾਲ ਕਰੋ। ਮੈਂ ਹੁਣ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਇੱਥੇ ਤੁਹਾਡਾ ਧੰਨਵਾਦ ਕਰਾਂਗਾ। ਥੈਂਕ ਯੂ ਵੈਰੀ ਮੱਚ।